ਭਾਰਤੀ ਕ੍ਰਿਕਟ ਟੀਮ ਅੱਜ T20 ਵਿਸ਼ਵ ਕੱਪ ਟੂਰਨਾਮੈਂਟ ਦੇ ਗਰੁੱਪ 2 ਦੇ ਅਹਿਮ ਮੈਚ ਦੇ ਵਿੱਚ ਨਿਊਜ਼ੀਲੈਂਡ ਦੇ ਨਾਲ ਪੜ ਰਹੀ ਹੈ ਰਾਤ 7:30 ਵਜੇ ਮੈਚ ਸ਼ੁਰੂ ਹੋ ਗਿਆ ਸੀ ਭਾਰਤ ਲਈ ਇਹ ਮੈਚ ਜਿੱਤਣਾ ਲਾਜ਼ਮੀ ਹੈ ਕਿਉਂਕਿ ਭਾਰਤੀ ਟੀਮ ਆਪਣਾ ਪਹਿਲਾ ਮੈਚ ਪਾਕਿਸਤਾਨ ਤੋਂ ਹਾਰ ਚੁੱਕੀ ਹੈ ਤੇ ਨਿਊਜ਼ੀਲੈਂਡ ਦੀ ਟੀਮ ਵੀ ਹਾਰ ਚੁੱਕੀ ਹੈ ਤੇ ਇਸ ਵਕਤ ਦੋਵੇਂ ਟੀਮਾਂ ਦੇ ਲਈ ਇਹ ਮੈਚ ਅਹਿਮ ਹੈ ਕਿਉਂਕਿ ਇੱਕ ਦੂਸਰੇ ਨੂੰ ਹਰਾਏ ਬਿਨਾ ਵਿਸ਼ਵ ਕੱਪ ਦੇ ਸੈਮੀਫਾਈਨਲ ਤੱਕ ਪਹੁੰਚਣਾ ਮੁਸ਼ਕਲ ਹੈ ਹੁਣ ਦੇਖਣਾ ਹੋਏਗਾ ਕਿ ਭਾਰਤ ਤੇ ਨਿਊਜ਼ੀਲੈਂਡ ਦੇ ਵਿੱਚੋਂ ਕੌਣ ਸੈਮੀਫਾਈਨਲ ਦੇ ਵਿੱਚ ਪਹੁੰਚਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿਵਾਲੀ ਦੇ ਮੌਕੇ ਪੰਜਾਬ ਦੇ ਲਈ ਕੋਈ ਇਤਿਹਾਸਿਕ ਐਲਾਨ ਕਰਨ ਜਾ ਰਹੇ ਨੇ ਇਹ ਦਾਵਾ ਮੁੱਖ ਮੰਤਰੀ ਚੰਨੀ ਨੇ ਖੁਦ ਕੀਤਾ ਹੈ ਸੋਸ਼ਲ ਮੀਡੀਆ ਦੇ ਰਾਹੀਂ ਤੇ ਹੁਣ ਕੱਲ ਨੂੰ ਯਾਨਕਿ 1 ਨਵੰਬਰ ਨੂੰ ਮੁੱਖ ਮੰਤਰੀ ਚੰਨੀ ਪੰਜਾਬ ਤੇ ਪੰਜਾਬੀਆਂ ਦੇ ਲਈ ਕੋਈ ਵੱਡਾ ਐਲਾਨ ਕਰਨਗੇ ਸਤਿ ਸ਼੍ਰੀ ਅਕਾਲ ਜੀ ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਸ਼ਰਨ ਕੌਰ ਬੁਲੇਟਿਨ ਦੇ ਵਿੱਚ ਪੰਜਾਬ ਭਾਰਤ ਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤੇ ਅਹਿਮ ਖਬਰਾਂ ਤੁਹਾਨੂੰ ਦੱਸਾਂਗੇ ਸ਼ੁਰੂਆਤ ਪੰਜਾਬ ਤੋਂ ਕਰਾਂਗੇ ਤੇ ਸਭ ਤੋਂ ਪਹਿਲੀ ਖਬਰ ਕਿਸਾਨਾਂ ਦੇ ਸੰਘਰਸ਼ ਦੇ ਨਾਲ ਜੁੜੀ ਹੋਈ ਹੈ ਕਿਸਾਨਾਂ ਦੇ ਸੰਘਰਸ਼ ਨੂੰ ਦਿੱਲੀ ਦੇ ਵਿੱਚ ਪੂਰਾ 1 ਸਾਲ ਹੋਣ ਵਾਲਾ ਦਿੱਲੀ ਬਾਰਡਰਾਂ ਤੇ ਜਿਹੜੇ ਟਿੱਕਰੀ ਗਾਜ਼ੀਪੁਰ ਤੇ ਸਿੰਘੂ ਬਾਰਡਰ ਹੈ ਇਹਨਾਂ ਨੂੰ ਖੋਲਣ ਦੀ ਕਵਾਇਦ ਹੈ ਜਿਹੜੀ ਉਹ ਭਾਰਤ ਸਰਕਾਰ ਦੇ ਹੁਕਮਾਂ ਤੇ ਦਿੱਲੀ ਪੁਲਿਸ ਦੇ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ ਇਸ ਮੌਕੇ ਗੁਰਨਾਮ ਸਿੰਘ ਚੜੂਨੀ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਸਰਕਾਰ ਨੂੰ ਕਹਿੰਦੇ ਸਾਨੂੰ ਪਤਾ ਲੱਗਿਆ ਹੈ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਸਰਕਾਰ ਪੂਰੇ ਰਾਹ ਨੇ ਜਿਹੜੇ ਉਹ ਖੋਲਣਾ ਚਾਹੁੰਦੀ ਹੈ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਜੇ ਸਰਕਾਰ ਨੇ ਦਿਵਾਲੀ ਤੋਂ ਪਹਿਲਾਂ ਬਾਰਡਰ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਇਸ ਵਾਰੀ ਦਿਵਾਲੀ ਹੈ ਜਿਹੜੀ ਉਹ ਪ੍ਰਧਾਨ ਮੰਤਰੀ ਮੋਦੀ ਦੇ ਦਰਵਾਜ਼ੇ ਤੇ ਮਨਾਵਾਂਗੇ ਅਸੀਂ ਕਹਿੰਦੇ ਸ਼ਾਂਤੀਪੂਰਵਕ ਬੈਠੇ ਹਾਂ ਸਰਕਾਰ ਛੇੜਖਾਨੀ ਨਾ ਕਰੇ ਨਹੀਂ ਤਾਂ ਅਸੀਂ ਦਿੱਲੀ ਵੱਲ ਕੂਚ ਕਰਾਂਗੇ ਹਮ ਸਰਕਾਰ ਕੋ ਚੇਤਾਵਨੀ ਦੇਣਾ ਚਾਹਤੇ ਹੈ ਕਿ ਕਿਸੇ ਬੜੇਖੇ ਵਿੱਚ ਕਿਸੇ ਭੂਲ ਵਿੱਚ ਕਿਸੇ ਗਲਤੀ ਵਿੱਚ ਮਤ ਰਹੇ ਔਰ ਆਪਕੋ ਵੀ ਕਹਤੇ ਰਭੀ ਤਰੀ ਕਰੀਏ अगर सरकार ने सड़कें खाली करवाने की कोशिश की तो फिर इस बार की दिवाली मोदी के दरवाजे पे मनाएंगे सरकार को दोबारा से चेतावनी है कि हम शांतिपूर्वक बैठे हैं कोई दंगा नहीं कर रहे कोई झगड़ा नहीं कर रहे अगर सरकार छेड़खानी करती है किसानों से अगर कोई रास् किसानों को ज़बरदस्ती के उठाने की तैयारी करती है तो फिर हम दिल्ली की ओर कूच करेंगे ਦਰਅਸਲ ਸ਼ਨੀਚਰਵਾਰ ਦੀ ਰਾਤ ਨੂੰ ਕਿਸਾਨ ਲੀਡਰਾਂ ਅਤੇ ਦਿੱਲੀ ਪ੍ਰਸ਼ਾਸਨ ਦੇ ਵਿਚਾਲੇ ਸਹਿਮਤੀ ਬਣੀ ਹੈ ਕਿ 5-5 ਫੁੱਟ ਦਾ ਜਿਹੜਾ ਰਾਹ ਹੈ ਉਹ ਬਾਰਡਰਾਂ ਤੋਂ ਖੋਲਿਆ ਜਾਵੇਗਾ ਯਾਨੀ ਕਿ ਇਥੋਂ ਪੈਦਲ ਲੰਘਿਆ ਜਾ ਸਕਦਾ ਹੈ ਤੇ ਜਿਹੜੇ ਟੂ-ਵੀਲਰ ਨੇ ਉਹ ਵੀ ਲੰਘ ਸਕਣਗੇ ਤੇ ਐਂਬੂਲੈਂਸ ਹੈ ਜਿਹੜੀ ਉਹ ਲੰਘ ਸਕੇਗੀ ਵੱਡੇ ਜਿਹੜੇ ਵਾਹਨ ਨੇ ਉਹ ਨਹੀਂ ਲੰਘ ਸਕਦੇ ਕਿਸਾਨਾਂ ਨੇ ਇਹੀ ਤਰਕ ਦਿੱਤਾ ਕਿ ਜਿੰਨਾ ਚਿਰ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਪੂਰਾ ਰਾਹ ਸੀ ਨਹੀਂ ਖੋਲਣ ਦੇਵਾਂਗੇ ਕਿਉਂਕਿ ਜੇ ਪੂਰਾ ਰਾਹ ਖੁੱਲੂਗਾ ਤਾਂ ਸਾਡੇ ਕਿਸਾਨਾਂ ਨੂੰ ਦਰੜ ਕੇ ਹੀ ਮਾਰ ਦੇਣਗੇ ਵੱਡੇ-ਵੱਡੇ ਵਾਹਨ ਤੇ ਜਿਹਾ ਵਾਪਰ ਵਿੱਚ ਤੇ ਉਧਰ ਕਿਸਾਨ ਲੀਡਰ ਆਕੇਸ਼ ਤਿਕੈਤ ਵੀ ਗਰਮ ਹੋ ਗਏ ਨੇ ਉਹ ਕਹਿੰਦੇ ਸਾਨੂੰ ਪਤਾ ਲੱਗਿਆ ਕਿ ਪ੍ਰਸ਼ਾਸਨ ਵੱਲੋਂ ਜੀਸੀਬੀ ਦੀ ਮਦਦ ਦੇ ਨਾਲ ਗਾਜ਼ੀਪੁਰ ਬਾਰਡਰ ਤੇ ਲੱਗੇ ਟੈਂਟਾਂ ਨੂੰ ਪੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜੇ ਕਹਿੰਦੇ ਅਜਿਹਾ ਹੋਇਆ ਤਾਂ ਕਿਸਾਨ ਥਾਣਿਆਂ ਤੇ ਡੀਐਮ ਦੀ ਡੀਐਮ ਦਫ਼ਤਰ ਦੇ ਵਿੱਚ ਟੈਂਟ ਲਾ ਲੈਣਗੇ ਦੀ ਕਾਦਨੇ ਟਵੀਟ ਕਰਕੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਜ਼ਬਰਦਸਤੀ ਸਰਹੱਦਾਂ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਸੀਂ ਦੇਸ਼ ਭਰ ਦੇ ਸਰਕਾਰੀ ਦਫ਼ਤਰਾਂ ਨੂੰ ਗੱਲਾ ਮੰਡੀ ਵਿੱਚ ਬਦਲ ਦੇਵਾਂਗੇ ਪ੍ਰਸ਼ਾਸਨ ਨੂੰ ਖੁੱਲੀ ਚੇਤਾਵਨੀ ਦਿੱਤੀ ਹੈ ਟਿਕੈਤ ਨੇ ਕਿ ਜੇ ਟੈਂਟ ਹਟਾਏ ਤਾਂ ਨਤੀਜਾ ਚੰਗਾ ਨਹੀਂ ਹੋਵੇਗਾ ਤੇ ਗਾਜ਼ੀਪੁਰ ਬਾਰਡਰ ਤੇ ਵੀ ਸੜਕ ਹੈ ਜਿਹੜੀ ਉਹ ਖੋਲੀ ਗਈ ਹੈ 5 ਫੁੱਟ ਦਾ ਰਾਹ ਹੈ ਜਿਹੜਾ ਪ੍ਰਸ਼ਾਸਨ ਨੇ ਖੋਲ ਦਿੱਤਾ ਹੈ ਕਿਸਾਨਾਂ ਦੀ ਸਹਿਮਤੀ ਦੇ ਨਾਲ ਪੰਜਾਬ ਦੇ ਵਿੱਚ ਨਰਮੇ ਵਾਲੇ ਕਿਸਾਨ ਨਿਰਾਸ਼ ਹੋਏ ਨੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਨਿਗੂਣਾ ਜਿਹੜਾ ਮੁਆਵਜ਼ਾ ਐਲਾਨਿਆ ਹੈ ਹਾਲਾਂਕਿ ਸਰਕਾਰ ਦਾਵਾ ਕਰ ਰਹੀ ਹੈ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਮੁਆਵਜ਼ਾ ਦਿੱਤਾ ਗਿਆ ਪਰ ਰਕਮ ਹੈ ਸਿਰਫ 416 ਕਰੋੜ ਪੰਜ ਜ਼ਿਲ੍ਹਿਆਂ ਦੇ ਕਿਸਾਨਾਂ ਦੇ ਲਈ ਜੇ 1416 ਕਰੋੜ ਵੀ ਦੇ ਦਿੰਦੀ ਸਰਕਾਰ ਤਾਂ ਕੋਈ ਵੱਡਾ ਫਰਕ ਨਹੀਂ ਪੈਣਾ ਸੀ 416 ਕਰੋੜ ਹੈ ਜਿਹੜਾ ਖਜ਼ਾਨੇ ਦੇ ਵਿੱਚੋਂ ਜਾਣਾ ਇੱਕ ਬਹੁਤ ਨਿੱਕੀ ਜੀ ਰਕਮ ਬਣਦੀ ਹੈ ਤੇ ਕਿਸਾਨਾਂ ਨੇ ਇਸ ਮੁਆਵਜ਼ੇ ਨੂੰ ਰੱਦ ਕਰ ਦਿੱਤਾ ਹੈ ਸੰਗਰੂ ਦੇ ਭਵਾਨੀਗੜ੍ਹ ਦੇ ਨਵੇਂ ਬਸਰਡੇ ਲਗੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਫਲੈਕਸਾਂ ਦੇ ਉੱਤੇ ਕਿਸਾਨਾਂ ਨੇ ਕਾਲਖ ਅਫੇਰ ਦਿੱਤੀ ਕਿਉਂਕਿ ਨਿਰਾਜ਼ ਨੇ ਕਿਸਾਨ ਨਿਰਾਸ਼ ਨੇ ਕਿਸਾਨ ਕਿ ਫਸਲ ਦਾ ਸਹੀ ਮੁਆਵਜ਼ਾ ਸਾਨੂੰ ਨਹੀਂ ਦਿੱਤਾ ਜਾ ਰਿਹਾ ਸ਼ਨੀਚਰਵਾਰ ਨੂੰ ਚੰਨੀ ਸਰਕਾਰ ਨੇ ਜਿਹੜਾ ਨਰਮੇ ਦਾ ਮੁਆਵਜ਼ਾ ਕਿਸਾਨਾਂ ਦੇ ਲਈ ਐਲਾਨਿਆ ਹੈ ਉਸ ਨੂੰ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਮਤਾ ਪਾ ਕੇ ਰੱਦ ਕਰ ਦਿੱਤਾ ਹੈ ਲੀਡਰਾਂ ਨੇ ਕਿਹਾ ਕਿ ਸਰਕਾਰ ਨੇ ਘੱਟੋ ਘੱਟ 2000 ਅਤੇ ਵੱਧ ਤੋਂ ਵੱਧ 12000 ਰੁਪਏ ਪ੍ਰਤੀ ਏਕੜ ਮੁਆਵਜ਼ਾ ਐਲਾਨ ਕੇ ਸਾਡਾ ਅਪਮਾਨ ਕੀਤਾ ਹੈ ਕਿਸਾਨਾਂ ਦਾ ਪ੍ਰਤੀ ਏਕੜ 60000 ਰੁਪਏ ਤੋਂ ਵੀ ਵੱਧ ਦਾ ਖਰਚਾ ਹੋ ਗਿਆ ਐਲਾਨੀ ਗਈ ਰਕਮ ਨਾਲ ਤਾਂ ਕੱਲੇ ਕੀਟਨਾਸ਼ਕਾਂ ਦੇ ਖਰਚੇ ਦੇ ਵੀ ਪੂਰਤੀ ਨਹੀਂ ਹੁੰਦੀ ਅਸੀਂ ਇਸ ਮੁਆਵਜ਼ੇ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ ਤੇ 60000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕਰਦੇ ਹਾਂ ਹੁਣ ਦੇਖਦੇ ਹਾਂ ਕਿ ਚੰਨੀ ਸਰਕਾਰ ਕਿਸਾਨਾਂ ਦੀ ਇਸ ਚੇਤਾਵਨੀ ਨੂੰ ਸੀਰੀਅਸਲੀ ਲੈਂਦੀ ਹੈ ਜਾਂ ਫਿਰ ਨਹੀਂ ਤੇ ਕਿਸਾਨ ਜਥੇਬੰਦੀਆਂ ਦੇ ਨਾਲ-ਨਾਲ ਆਮ ਆਦਮੀ ਪਾਰਟੀ ਨੇ ਵੀ ਇਸ ਮੁਆਵਜ਼ੇ ਨੂੰ ਰੱਦ ਕੀਤਾ ਹੈ ਇਸ ਨੂੰ ਮਾਮੂਲੀ ਰਾਸ਼ੀ ਦਸਦਿਆਂ ਸਿਰੇ ਤੋਂ ਰੱਦ ਕੀਤਾ ਹੈ ਅਤੇ ਇਸ ਨੂੰ ਕਿਸਾਨਾਂ ਦੇ ਨਾਲ ਕੋਜਾ ਮਜ਼ਾਕ ਦੱਸਿਆ ਹੈ ਯਾਤਰਾ ਦੇ ਨਾਲ ਜੁੜੀ ਹੋਈ ਖਬਰ ਹੈ ਖਾਸ ਕਰਕੇ ਅਮਰੀਕਾ ਦੇ ਵੀਜ਼ੇ ਦੇ ਨਾਲ ਜੁੜੀ ਹੋਈ ਦਿੱਲੀ ਦੇ ਵਿੱਚ ਅਮਰੀਕੀ ਸਫਾਰਤਖਾਨੇ ਨੇ ਕਿਹਾ ਹੈ ਕਿ ਕੁਝ ਗੈਰ ਪ੍ਰਵਾਸੀ ਵੀਜ਼ਾ ਸ਼੍ਰੇਣੀਆਂ ਦੇ ਯਾਤਰੀਆਂ ਨੂੰ ਕੋਵਿਡ-19 ਕਰਕੇ ਇੰਟਰਵਿਊ ਦੇ ਲਈ ਲੰਬਾ ਸਮਾਂ ਉਡੀਕ ਕਰਨੀ ਪੈ ਸਕਦੀ ਹੈ। ਸਫਾਰਤਖਾਨੇ ਨੇ ਕਿਹਾ ਕਿ ਭਾਰਤ ਤੋਂ ਅੰਦਾਜ਼ਨ 3 ਲੱਖ ਵੀਜ਼ਾ ਧਾਰਕ ਨਵੀਂ ਕੌਮਾਂਤਰੀ ਹਵਾਈ ਯਾਤਰਾ ਨੀਤੀ ਦੇ ਤਹਿਤ 8 ਨਵੰਬਰ ਤੋਂ ਟੀਕਾ ਕਰਨ ਦੇ ਸਬੂਤ ਦੇ ਨਾਲ ਅਮਰੀਕਾ ਦੀ ਯਾਤਰਾ ਕਰਨ ਦੇ ਯੋਗ ਹੋਣਗੇ। ਪਰ ਇਸ ਦੇ ਲਈ ਉਹਨਾਂ ਨੂੰ ਲੰਬੀ ਉਡੀਕ ਕਰਨੀ ਪੈ ਸਕਦੀ ਹੈ ਦਰਅਸਲ ਜਦੋਂ ਵੀ ਅਮਰੀਕਾ ਦਾ ਤੁਸੀਂ ਕੋਈ ਵੀ ਵੀਜ਼ਾ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਇੰਟਰਵਿਊ ਦੇਣ ਦੇ ਲਈ ਅੰਬੈਸੀ ਜਾਣਾ ਹੀ ਪੈਂਦਾ ਹੈ ਤੇ ਇੰਟਰਵਿਊ ਦੇ ਲਈ ਤੁਹਾਨੂੰ ਲੰਬਾ ਸਮਾਂ ਉਡੀਕ ਕਰਨੀ ਪੈ ਸਕਦੀ ਹੈ ਕੋਵਿਡ 19 ਦੇ ਕਾਰਨ ਕਿਉਂਕਿ ਬਹੁਤ ਸਾਰੇ ਜਿਹੜੇ ਨਿਯਮ ਨੇ ਉਹ ਬਦਲ ਦਿੱਤੇ ਗਏ ਨੇ ਬਹੁਤ ਸਾਰੀਆਂ ਸਾਵਧਾਨੀਆਂ ਲਾ ਦਿੱਤੀਆਂ ਗਈਆਂ ਨੇ ਲੋਕਾਂ ਨੂੰ ਇਕੱਠੇ ਹੋਣ ਤੋਂ ਰੋਕਿਆ ਜਾ ਰਿਹਾ ਹੈ ਇਸ ਕਰਕੇ ਲੰਬੀ ਉਡੀਕ ਹੈ ਜਿਹੜੀ ਉਹ ਕਰਨੀ ਪੈ ਸਕਦੀ ਹੈ ਯਾਨੀ ਕਿ ਅਮਰੀਕਾ ਨੇ ਰਾਹ ਤਾਂ ਖੋਲ ਦਿੱਤੇ ਨੇ ਪਰ ਵੀਜ਼ਾ ਲੈਣ ਦੇ ਵਿੱਚ ਤੁਹਾਨੂੰ ਮੁਸ਼ਕਲ ਜ਼ਰੂਰ ਆਏਗੀ ਪੰਜਾਬ ਦੇ ਵਿੱਚ ਡੇਂਗੂ ਦਾ ਕਹਿਰ ਲਗਾਤਾਰ ਵਧ ਰਿਹਾ ਹੈ ਤੇ ਚੰਨੀ ਸਰਕਾਰ ਲੱਗਦਾ ਸੁੱਤੀ ਪਈ ਹੈ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਵੀ ਇਸ ਗੱਲ ਨੂੰ ਨੋਟ ਕੀਤਾ ਹੈ ਅਤੇ ਸਾਬਕਾ ਮੁੱਖ ਮੰਤਰੀ ਨੇ ਮੌਜੂਦਾ ਮੁੱਖ ਮੰਤਰੀ ਨੂੰ ਡੇਂਗੂ ਦੇ ਮਾਮਲਿਆਂ ਤੇ ਚਿੰਤਾ ਪ੍ਰਗਟ ਕਰਦਿਆਂ ਸਿਹਤ ਦਿੱਤੀ ਹੈ ਕੈਪਟਨ ਨੇ ਟਵੀਟ ਕੀਤਾ ਕਿ ਪੰਜਾਬ ਦੇ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ ਚਿੰਤਾਜਨਕ ਵਾਧਾ ਹੋ ਰਿਹਾ ਹੈ ਚੰਨੀ ਸਰਕਾਰ ਨੂੰ ਸਥਿਤੀ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ ਇਸ ਤੇ ਕਾਬੂ ਪਾਉਣ ਲਈ ਤੁਰੰਤ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਨੇ ਤਿਹਾਰਾਾਂ ਦੇ ਮੌਸਮ ਦੇ ਮੌਕੇ ਮਾਮਲੇ ਹੋਰ ਵੀ ਵਿਗੜ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਡੇਂਗੂ ਦੇ ਨਾਲ ਪੰਜਾਬ ਦੇ ਵਿੱਚ ਇਸੇ ਸੀਜ਼ਨ ਦੇ ਵਿੱਚ 60 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਸੀਂ ਨਿੱਜੀ ਤੌਰ ਤੇ ਅਪੀਲ ਕਰਦੇ ਹਾਂ ਕਿ ਸੀਐਮ ਸਾਹਿਬ ਪ੍ਰਭੂ ਦੀ ਫਰਿਆਦ ਜ਼ਰੂਰ ਸੁਣੋ ਜਿਹੜਾ ਤੁਹਾਡੇ ਦਰਵਾਜ਼ਿਆਂ ਖਾਲੀ ਮੁੜ ਰਿਹਾ ਉਹ ਵੀ ਵਾਰੀ ਵਾਰੀ ਬੰਗਾ ਦੇ ਖਟਕੜ ਕਲਾਂ ਦੇ ਵਿੱਚ ਕਰੀਬ 1 ਮਹੀਨਾ ਪਹਿਲਾਂ ਦੀ ਗੱਲ ਹੈ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਕ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਲਈ ਗਏ ਹੋਏ ਸੀ ਇੱਥੇ ਮੁੱਖ ਮੰਤਰੀ ਦੇ ਵੱਲੋਂ ਹੱਥਾਂ ਤੋਂ ਵੀ ਹੁਣੇ 23 ਸਾਲਾਂ ਦੇ ਨੌਜਵਾਨ ਪ੍ਰਭੂ ਨੂੰ ਕਲਾਵੇ ਦੇ ਵਿੱਚ ਲੈ ਕੇ ਕਿਹਾ ਸੀ ਕਿ ਉਹ ਪ੍ਰਭੂ ਦੀਆਂ ਬਾਵਾ ਬਣਨਗੇ ਪਰ ਚੰਨੀ ਸਾਹਿਬ ਦਾ ਇਸ ਨੂੰ ਰੁਝੇਵਾ ਕਹਿ ਲੋ ਜਾਂ ਫਿਰ ਅਣਗੈਲੀ ਕਿ ਇਹ ਨੌਜਵਾਨ ਆਪਣੀ ਪੜ੍ਹਾਈ ਦੇ ਕ ਅਗਸਤੇ ਹੋਰ ਦਸਤਾਵੇਜ਼ ਲੈ ਕੇ ਵਾਰੀ-ਵਾਰੀ ਚੰਡੀਗੜ੍ਹ ਦੇ ਚੱਕਰ ਲਾ ਰਿਹਾ ਹੈ ਪਰ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਉਸ ਦੀ ਸੀਐਮ ਦੇ ਨਾਲ ਮੁਲਾਕਾਤ ਨਹੀਂ ਹੋ ਰਹੀ। ਪ੍ਰਭੂ ਬੀਏ ਪਾਸ ਹੈ ਪਰ ਉਸਦੇ ਹੱਥ ਨਹੀਂ। ਬੰਗਾ ਦੇ ਰਹਿਣ ਵਾਲੇ ਇਸ ਨੌਜਵਾਨ ਨੇ ਕਿਹਾ ਕਿ ਤਿੰਨ ਵਾਰੀ ਚੰਡੀਗੜ੍ਹ ਸੀਐਮ ਚੰਨੀ ਨੂੰ ਮਿਲਣ ਜਾ ਚੁੱਕਿਆ ਪਰ ਹੱਥ ਪੱਲੇ ਕੁਝ ਨਹੀਂ ਲੱਗ ਰਿਹਾ। ਉਸਨੇ ਫੇਰ ਤੋਂ ਮੁੱਖ ਮੰਤਰੀ ਨੂੰ ਫਰਿਆਦ ਕੀਤੀ ਹੈ ਕਿ ਮੇਰੀਆਂ ਲੋੜਾਂ ਤੇ ਮਜਬੂਰੀ ਨੂੰ ਧਿਆਨ ਚ ਰੱਖ ਕੇ ਸਰਕਾਰੀ ਰੁਜ਼ਗਾਰ ਦਿਓ ਤਾਂ ਜੋ ਇੱਕ ਸਨਮਾਨਪ੍ਰੀਤ ਜ਼ਿੰਦਗੀ ਮੈਂ ਜੀ ਸਕਾਂ। ਹਰਿਆਣਾ ਸਰਕਾਰ ਨੇ 14 ਜ਼ਿਲ੍ਹਿਆਂ ਦੇ ਵਿੱਚ ਪਟਾਕਿਆਂ ਦੀ ਵਿਕਰੀ ਅਤੇ ਇਹਨਾਂ ਦੇ ਵਜਾਉਣ ਤੇ ਤੁਰੰਤ ਪਾਬੰਦੀ ਲਾ ਦਿੱਤੀ ਹੈ ਪੂਰਨ ਪਾਬੰਦੀ ਲਾਈ ਹੈ ਇਹਨਾਂ 14 ਜ਼ਿਲ੍ਹਿਆਂ ਦੇ ਵਿੱਚ ਨਾ ਕੋਈ ਪਟਾਕੇ ਖਰੀਦ ਸਕਦਾ ਨਾ ਵੇਚ ਸਕਦਾ ਨਾ ਹੀ ਪਟਾਕੇ ਵਜਾ ਸਕਦਾ ਸਰਕਾਰੀ ਹੁਕਮਾ ਮੁਤਾਬਿਕ ਭਵਾਨੀ ਚਰਖੀਦਾਦਰੀ ਫਰੀਦাবাদ ਗੁਰੂਗ੍ਰਾਮ ਝੱਜਰ ਜੀਂਦ ਕਰਨਾਲ ਮਹਿੰਦਰਗੜ੍ਹ ਨੂੰ ਪਲਵਲ ਪਾਣੀਪਤ ਰਿਵਾੜੀ ਰੋਤਕ ਅਤੇ ਸੋਨੀਪਾਤ ਦੇ ਵਿੱਚ ਹਰ ਤਰ੍ਹਾਂ ਦੇ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਤੇ ਪੂਰਨ ਪਾਬੰਦੀ ਰਹੇਗੀ ਲੁਧਿਆਣਾ ਦੇ ਕੱਕਾ ਰੋਡ ਤੇ ਧਾਗਾ ਮਿਲ ਦੇ ਵਿੱਚ ਭਿਆਨਕ ਅੱਗ ਲੱਗ ਗਈ ਐਤਵਾਰ ਨੂੰ ਇਹ ਅੱਗ ਮਾਡਰਨ ਐਗਰੀਲੈਕਸ ਪ੍ਰਾਈਵੇਟ ਲਿਮਟਿਡ ਦੇ ਪਿਛਲੇ ਪਾਸੇ ਲੱਗੀ ਤੇ ਜਦੋਂ ਅੱਗ ਲੱਗੀ ਤਾਂ ਮਿਲ ਦੇ ਅੰਦਰ ਕੋਈ ਨਹੀਂ ਸੀ ਇਹ ਰਾਹਤ ਭਰੀ ਖਬਰ ਹੈ ਗੋਦਾਮ ਦੇ ਵਿੱਚ ਪਿਆ ਵੱਡਾ ਸਟਾਕ ਸੜ ਗਿਆ ਹੈ ਅੱਗ ਬੁਝਾਉ ਆਮਲੇ ਨੂੰ ਅੰਦਰ ਜਾਣ ਦੇ ਲਈ ਮਿਲ ਦੀ ਪਿਛਲੀ ਕੰਧ ਨੂੰ ਢਾਉਣਾ ਪਿਆ ਅੱਗ ਲੱਗਣ ਦੇ ਕਾਰਨਾਂ ਦਾ ਤਾਂ ਪਤਾ ਨਹੀਂ ਲੱਗਿਆ ਪਰ 25 ਫਾਇਰ ਟੈਂਡਰਾਂ ਨੂੰ ਅੱਗ ਬੁਝਾਉਣ ਤੇ ਲਾਇਆ ਗਿਆ 31 ਅਕਤੂਬਰ ਦਿਨ ਐਤਵਾਰ ਨੂੰ ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ ਪਾਰਟੀ ਲੀਡਰ ਰਾਹੁਲ ਗਾਂਧੀ ਨੇ ਇੰਦਰਾ ਗਾਂਧੀ ਨੂੰ ਮਹਿਲਾ ਸ਼ਕਤੀ ਦੀ ਸਭ ਤੋਂ ਵੱਡੀ ਮਿਸਾਲ ਦੱਸਿਆ ਰਾਹੁਲ ਗਾਂਧੀ ਨੇ ਇੱਥੇ ਦਿੱਲੀ ਦੇ ਵਿੱਚ ਸ਼ਕਤੀ ਸਥਲ ਤੇ ਇੰਦਰਾ ਗਾਂਧੀ ਨੂੰ ਸ਼ਰਧਾਂ ਦੇ ਫੁੱਲ ਭੇਟ ਕੀਤੇ ਇੰਦਰਾ ਗਾਂਧੀ ਦੀ ਵਰ੍ਹੇ ਸਿਰ ਮੌਕੇ ਕਾਂਗਰਸ ਦੇ ਸੀਨੀਅਰ ਲੀਡਰ ਸੁਨੀਲ ਜਾਖੜ ਨੇ ਉਹਨਾਂ ਨੂੰ ਯਾਦ ਕਰਨ ਲਈ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਜਾਰੀ ਕਰਨ ਵਿੱਚ ਕਥਿਤ ਤੌਰ ਤੇ ناکਾਮ ਰਹਿਣ ਦੇ ਲਈ ਪੰਜਾਬ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਤੇ ਵਿਅੰਗ ਕੀਤਾ ਹੈ ਜਾਖੜ ਨੇ ਸਾਬਕਾ ਪ੍ਰਧਾਨ ਮੰਤਰੀ ਦੀ ਯਾਦ ਵਿੱਚ ਕੈਪਟਨ ਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਪਿਛਲੇ ਸਾਲ ਜਾਰੀ ਕੀਤੇ ਗਏ ਪੰਜਾਬ ਸਰਕਾਰ ਦੇ ਇਸ਼ਤਿਹਾਰ ਨੂੰ ਟੈਗ ਵੀ ਕੀਤਾ ਜਾਖੜ ਨੇ ਟਵੀਟ ਕੀਤਾ ਕਿ ਮੈਂ ਸਮਝ ਸਕਦਾ ਕਿ ਭਾਜਪਾ ਭਾਰਤ ਦੀ ਆਰਣ ਲੇਡੀ ਨੂੰ ਇਤਿਹਾਸ ਤੋਂ ਮਿਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕੀ ਹਾਲੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਹੈ ਯਾਨੀ ਕਿ ਪੰਜਾਬ ਸਰਕਾਰ ਇੰਦਰਾ ਗਾਂਧੀ ਦੀ ਵਰਸੀ ਭੁੱਲ ਗਈ ਭੁੱਲ ਗਈ ਜਾਂ ਜਾਣਬੁੱਝ ਕੇ ਭੁਲਾਇਆ ਗਿਆ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਜਾਖੜ ਨੇ ਆਪਣੀ ਹੀ ਪਾਰਟੀ ਦੇ ਉੱਤੇ ਤੰਜ ਜ਼ਰੂਰ ਕੱਸਿਆ ਹੈ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ 31 ਅਕਤੂਬਰ 1984 ਦੇ ਵਿੱਚ ਪ੍ਰਧਾਨ ਮੰਤਰੀ ਨਿਵਾਸ ਤੇ ਹੀ ਦਿੱਲੀ ਦੇ ਵਿੱਚ ਉਹਨਾਂ ਦੇ ਸੁਰੱਖਿਆ ਕਰਮੀਆਂ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ 1984 ਦੇ ਹਮਲੇ ਤੋਂ ਬਾਅਦ ਜਿਹੜਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਫੌਜੀ ਹਮਲਾ ਜਿਹੜਾ ਕਰਵਾਇਆ ਗਿਆ ਸੀ ਇੰਦਰਾ ਗਾਂਧੀ ਦੀ ਅਗਵਾਈ ਦੇ ਵਿੱਚ ਉਸ ਹਮਲੇ ਤੋਂ ਬਾਅਦ ਇਹ ਘਟਨਾਕ੍ਰਮ ਵਾਪਰਿਆ ਸੀ ਭਾਰਤ ਸਰਕਾਰ ਸਮੇਤ ਬਹੁਤ ਸਾਰੇ ਲੋਕ ਜਿਤੇਂਦਰਾ ਗਾਂਧੀ ਨੂੰ ਆਇਰਨ ਲੇਡੀ ਮੰਨਦੇ ਨੇ ਉੱਥੇ ਹੀ ਸਿੱਖ ਕੌਮ ਇਸ ਦਿਨ ਨੂੰ ਦੁਸ਼ਟਾਂ ਦੇ ਨਾਸ ਵਜੋਂ ਮਨਾਉਂਦੀ ਹੈ ਸਿੱਖ ਕੌਮ ਦੇ ਵੱਲੋਂ ਭਾਈ ਸਤਵੰਤ ਸਿੰਘ ਅਤੇ ਬਿਆਨ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ ਤੇ ਉਹਨਾਂ ਦੀ ਵਰਸੀ ਮਨਾਈ ਜਾਂਦੀ ਹੈ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ 31 ਅਕਤੂਬਰ ਨੂੰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਦੇ ਵਿੱਚ ਕਤਲੇਆਮ ਹੋਇਆ ਸੀ ਸਿੱਖਾਂ ਦਾ ਵੱਡਾ ਕਤਲੇਆਮ ਜਿਸ ਨੂੰ ਸਿੱਖ ਕੌਮ ਨਸਲ ਕੁਸ਼ੀ ਮੰਦੀ ਹੈ ਵਿਦੇਸ਼ਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਇਸ ਨੂੰ ਨਸਲ ਕੁਸ਼ੀ ਘਰਾਰ ਦਿੱਤਾ ਗਿਆ ਹੈ ਕੱਲੇ ਦਿੱਲੀ ਹੀ ਨਹੀਂ ਭਾਰਤ ਦੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਸਿੱਖਾਂ ਨੂੰ ਚੁਣ-ਚੁਣ ਕੇ ਮਾਰਿਆ ਗਿਆ ਸੀ ਕੇਂਦਰ ਸਰਕਾਰ ਦਾ ਦਾਵਾ ਹੈ ਕਿ 2020-21 ਦੇ ਵਿੱਚ ਪ੍ਰਮੁੱਖ ਫਸਲਾਂ ਦਾ ਬਹੁਤਾ ਨੁਕਸਾਨ ਹੀ ਨਹੀਂ ਹੋਇਆ ਇਸ ਕਰਕੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਦਾਅਵੇ 60% ਦੀ ਘਟੇ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ 2020-21 ਫਸਲੀ ਸਾਲ ਦੇ ਵਿੱਚ ਕਿਸਾਨਾਂ ਦੇ ਫਸਲੀ ਬੀਮੇ ਦੇ ਦਾਅਵੇ ਪਿਛਲੇ ਸਾਲ ਦੇ ਮੁਕਾਬਲੇ 60% ਦੀ ਘਟਕ ਕੇ 9570 ਕਰੋੜ ਰੁਪਏ ਰਹਿ ਗਏ ਨੇ ਸਰਕਾਰੀ ਅੰਕੜਿਆਂ ਨੇ ਇਹ ਜਾਣਕਾਰੀ ਦਿੱਤੀ ਹੈ ਅਜਿਹਾ ਕਹਿੰਦੇ ਇਸ ਲਈ ਹੋਇਆ ਕਿਉਂਕਿ ਸਾਲ ਜਿਹੜਾ ਮੌਜੂਦਾ ਸਾਲ ਹੈ ਇਸ ਦੌਰਾਨ ਵੱਡੀਆਂ ਫਸਲਾਂ ਦਾ ਪ੍ਰਮੁੱਖ ਫਸਲਾਂ ਦਾ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹਾਲਾਂਕਿ ਜਿਹੜੇ ਫਸਲੀ ਸਾਲ 2020-21 ਤੇ 2019-20 ਸਨ ਉਹਨਾਂ ਦੇ ਲਈ ਸਰਕਾਰ ਨੇ ਜ਼ਿਆਦਾਤਰ ਫਸਲ ਬੀਮਾ ਦਾਅਵਿਆਂ ਦਾ ਵੇੜਾ ਕਰ ਦਿੱਤਾ ਹੈ ਇਹ ਸਰਕਾਰ ਦੀ ਜਾਣਕਾਰੀ ਦੱਸਦੀ ਹੈ ਸਰਕਾਰ ਦੇ ਅੰਕੜੇ ਦੱਸਦੇ ਨੇ ਫਸਲੀ ਬੀਮੇ ਦੇ ਦਾਅਵੇ 2019-20 ਦੇ ਵਿੱਚ 27398 ਕਰੋੜ ਰੁਪਏ ਦੇ ਸੀਗੇ ਜਿਹੜੇ ਹੁਣ 2021 ਦੇ ਵਿੱਚ 60% ਘਟ ਕੇ 9570 ਕਰੋੜ ਰਹਿ ਗਏ ਨੇ ਯਾਨੀ ਕਿ ਸਰਕਾਰ ਕਹਿੰਦੀ ਹੈ ਕਿ ਇਹਨਾਂ ਇਸ ਸਾਲ ਦੇ ਵਿੱਚ ਫਸਲਾਂ ਦਾ ਬਹੁਤਾ ਨੁਕਸਾਨ ਨਹੀਂ ਹੋਇਆ ਇਸ ਕਰਕੇ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਇਸ ਕਰਕੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਦਾਅਵੇ ਨਹੀਂ ਜਿਹੜੇ 60% ਦੀ ਘਟੇ ਨੇ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਦੀ ਗੱਲ ਕਰ ਲਈਏ ਤਾਂ ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ ਦੀ ਰਿਪੋਰਟ ਦੇ ਮੁਤਾਬਿਕ ਪੰਜਾਬ ਦੇ ਵਿੱਚ ਲਗਾਤਾਰ ਦੂਜੇ ਸਾਲ ਖੇਤੀਬਾੜੀ ਨਾਲ ਸੰਬੰਧਿਤ ਖੁਦਕੁਸ਼ੀਆਂ ਦੇ ਵਿੱਚ ਕਮੀ ਆਈ ਹੈ ਇੰਗਲਿਸ਼ ਅਖਬਾਰ ਦ ਟ੍ਰਿਬਿਊਨ ਦੀ ਖਬਰ ਦੇ ਮੁਤਾਬਿਕ ਮਾਹਿਰਾਂ ਤੇ ਕਿਸਾਨ ਲੀਡਰਾਂ ਨੇ ਇਸ ਰਿਪੋਰਟ ਬਾਰੇ ਕਿਹਾ ਹੈ ਕਿ ਇਹ ਕੇਵਲ ਪੁਲਿਸ ਦੇ ਅੰਕੜੇ ਨੇ ਖੇਤੀਬਾੜੀ ਦੇ ਅਸਲੀ ਹਾਲਾਤ ਇਹ ਬਿਆਨ ਨਹੀਂ ਕਰਦੇ ਅਸਲ ਜਿਹੜੀ ਗਿਣਤੀ ਹੈ ਇਸ ਤੋਂ ਕਿਤੇ ਵੱਧ ਹੈ ਖੁਦਕੁਸ਼ੀਆਂ ਦੇ ਵਿੱਚ ਕਮੀ ਨਹੀਂ ਆਈ ਹੈ ਜਦ ਕੀ ਰਿਪੋਰਟ ਦੇ ਮੁਤਾਬਿਕ 2020 ਦੇ ਵਿੱਚ ਖੇਤ ਮਜ਼ਦੂਰਾਂ ਤੇ ਕਿਸਾਨਾਂ ਦੇ ਕੋਲ 257 ਖੁਦਕੁਸ਼ੀ ਦੇ ਮਾਮਲੇ ਸਾਹਮਣੇ ਆਏ ਸੀ 2019 ਵਿੱਚ ਅੰਕੜਾ 302 ਸੀ ਅਤੇ 2018 ਦੇ ਵਿੱਚ 323 ਸੀ 2015 ਤੋਂ ਬਾਅਦ ਖੁਦਕੁਸ਼ੀਆਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ 2016 ਦੇ ਵਿੱਚ 280 ਅਤੇ 2017 ਦੇ ਵਿੱਚ 291 ਅਜਿਹੇ ਮਾਮਲੇ ਦਰਜ ਕੀਤੇ ਗਏ ਭਾਵੇਂ ਇਨ੍ਹਾਂ ਅੰਕੜਿਆਂ ਵਿੱਚ ਕਮੀ ਆਈ ਹੈ ਪਰ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀ ਦੀਆਂ ਘਟਨਾਵਾਂ ਵਧੀਆਂ ਨੇ ਕਿਹਾ ਜਾ ਸਕਦਾ ਹੈ ਕਿ ਸਰਕਾਰੀ ਅੰਕੜਿਆਂ ਵਿੱਚ ਤਾਂ ਕਮੀ ਆਈ ਹੈ ਪਰ ਹਕੀਕੀ ਤੌਰ ਤੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਖੁਦ ਸ਼ੀਆਂ ਦੇ ਵਿੱਚ ਵਾਧਾ ਹੋਇਆ ਹੈ 2019 ਦੇ ਵਿੱਚ 63 ਖੇਤ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਆંકੜਿਆਂ ਦੇ ਮੁਤਾਬਿਕ 2020 ਦੇ ਵਿੱਚ ਇਹ ਅੰਕੜਾ 83 ਹੋ ਗਿਆ ਸੀ ਤੇ ਇਹਦੇ ਵਿੱਚ 6 ਔਰਤਾਂ ਨੇ ਵੀ ਖੁਦਕੁਸ਼ੀ ਕੀਤੀ ਪੰਜਾਬ ਦੇ ਵਿੱਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਖੁਦਕੁਸ਼ੀ ਦੇ ਮਾਮਲੇ ਕਈ ਸਾਲਾਂ ਤੋਂ ਵਧੇ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਜਿਹੜੇ ਲੀਡਰ ਸੁਖਦੇਵ ਸਿੰਘ ਕੋਕਰੀ ਉਹਨਾਂ ਨੇ ਕਿਹਾ ਕਿ ਸਰਕਾਰ ਆંકੜਿਆਂ ਵਿੱਚ ਫੇਰ ਬਦਲ ਕਰਦੀ ਹੈ ਬਹੁਤੀ ਵਾਰੀ ਮੌਤ ਤੋਂ ਬਾਅਦ ਐਫਆਈਆਰ ਦਰਜ ਨਹੀਂ ਹੁੰਦੀ ਜਿਸ ਕਰਕੇ ਇਹ ਮਾਮਲੇ ਘੱਟ ਲੱਗਦੇ ਨੇ ਆਰਥਿਕ ਮਾਮਲਿਆਂ ਦੇ ਮਾਹਿਰ ਡਾਕਟਰ ਰਣਜੀਤ ਸਿੰਘ ਕੋਮੰਡੇ ਮੁਤਾਬਕ ਤਿੰਨ ਯੂਨੀਵਰਸਿਟੀਆਂ ਦੇ ਵੱਲੋਂ ਕੀਤੇ ਸਰਵੇਖੇ ਦੇ ਵਿੱਚ 2000 ਤੋਂ ਲੈ ਕੇ 2016 ਦੌਰਾਨ 16606 ਖੁਦਕੁਸ਼ੀਆਂ ਪੰਜਾਬ ਦੇ ਵਿੱਚ ਹੋਈਆਂ ਤੇ ਇਹਨਾਂ ਅੰਕੜਿਆਂ ਦੇ ਮੁਤਾਬਕ ਹਰ ਸਾਲ 1000 ਤੋਂ ਵੱਧ ਅਜਈਆਂ ਮੌਤਾਂ ਹੁੰਦੀਆਂ ਨੇ ਪਰ ਪੁਲਿਸ ਅਤੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜੇ ਹਮੇਸ਼ਾ ਇਸ ਤੋਂ ਘੱਟ ਹੁੰਦੇ ਨੇ ਤੁਸੀਂ ਹੁਣ ਸੋਚ ਸਕਦੇ ਹੋ ਕਿ ਕਿੱਥੇ ਤਾਂ 1000 ਤੋਂ ਵੱਧ ਮੌਤਾਂ ਹੋਣੀਆਂ ਤੇ ਕਿੱਥੇ ਸਰਕਾਰ ਦਾ ਅੰਕੜਾ 3.500 ਤੋਂ ਵੀ ਨਹੀਂ ਟੱਪਦਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਤੋਂ ਵਰਜਿਆ ਹੈ ਕੈਪਟਨ ਨੇ ਚੰਨੀ ਨੂੰ ਕਿਹਾ ਕਿ ਕਿਸਾਨਾਂ ਦੇ ਨਾਲ ਗੱਲ ਕਰਨਾ ਕੋਈ ਨਵੀਂ ਗੱਲ ਨਹੀਂ ਹੈ ਜਦੋਂ ਕਹਿੰਦੇ ਮੈਂ ਪੰਜਾਬ ਸਰਕਾਰ 'ਚ ਹੁੰਦਾ ਸੀ ਤਾਂ ਇਹ ਲਗਾਤਾਰ ਹੁੰਦਾ ਰਹਿੰਦਾ ਸੀ ਮੀਡੀਆ ਸਲਾਹਕਾਰ ਰਵੀਨ ਠਕਰਾਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਹਵਾਲੇ ਨਾਲ ਕਿਹਾ ਕਿ ਮੇਰੀ ਸਰਕਾਰੇ ਸਭ ਕਰ ਚੁੱਕੀ ਹੈ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਖੇਤੀਬਾੜੀ ਕਾਨੂੰਨਾਂ ਸੰਬੰਧੀ ਝੂਠੇ ਵਾਅਦੇ ਕਰਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਹਿੰਦੇ ਅਸੀਂ ਪਹਿਲਾਂ ਕਿਸਾਨ ਲੀਡਰਾਂ ਨਾਲ ਖੇਤੀ ਕਾਨੂੰਨਾਂ ਤੇ ਲੰਮੀ ਗੱਲਬਾਤ ਕੀਤੀ ਵਿਧਾਨ ਸਭਾ ਚ ਆਪਣੇ ਸੋਧ ਕਾਨੂੰਨ ਵੀ ਪਾਸ ਕਰਵਾਏ ਪਰ ਰਾਜਪਾਲ ਉੱਤੇ ਬੈਠੇ ਨੇ ਤੇ ਉਹ ਕਿਸੇ ਵੀ ਨਵੇਂ ਕਾਨੂੰਨ ਤੇ ਬੈਠਣਗੇ ਕਿਰਪਾ ਕਰਕੇ ਕਿਸਾਨਾਂ ਨੂੰ ਝੂਠੇ ਵਾਅਦਿਆਂ ਨਾਲ ਗੁਮਰਾਹ ਨਾ ਕਰੋ ਦਰਅਸਲ ਕੈਪਟਨ ਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠਕਰਾਲ ਨੇ ਚਰਨਜੀਤ ਸਿੰਘ ਚੰਨੀ ਦੇ ਉਸ ਟਵੀਟ ਨੂੰ ਰੀਟਵੀਟ ਕਰਕੇ ਇਹ ਕਿਹਾ ਹੈ ਜਿਦੇ ਵਿੱਚ ਮੁੱਖ ਮੰਤਰੀ ਚੰਨੀ ਨੇ ਲਿਖਿਆ ਸੀ ਕਿ ਮੈਂ ਕਿਸਾਨ ਯੂਨੀਅਨ ਦੇ ਲੀਡਰ ਬਲਵੀਰ ਸਿੰਘ ਰਾਜੀਵਾਲ ਨਾਲ ਫੋਨ ਤੇ ਗੱਲਬਾਤ ਕੀਤੀ ਭਾਰਤ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਬਾਰੇ ਚਰਚਾ ਕੀਤੀ ਤੇ ਸ਼ਨੀਚਰਵਾਰ ਨੂੰ ਚੰਨੀ ਨੇ ਇਹ ਕੀਤਾ ਸੀ ਕਾਂਗਰਸ ਪਾਰਟੀ ਦੇ ਹਲਕਾ ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਉਤੇ ਬਿਜਲੀ ਮੈਕਮੇ ਨੇ ਹਾਈ ਲੈਵਲ ਦੀ ਦਰਿਆਦਲੀ ਦਿਖਾਈ ਹੈ ਤੇ ਚੰਨੀ ਸਾਹਿਬ ਦੇ ਇਸ ਵਿਧਾਇਕ ਦਾ ਬਿਜਲੀ ਬਿੱਲਾਂ ਦੀ ਮਾਫੀ ਸਕੀਮ ਦੇ ਵਿੱਚ ਕਰੀਬ 19,85,000 ਰੁਪ Yeah, ਇਸ ਨੂੰ ਕਿਹਾ ਜਾ ਸਕਦਾ ਵਗਦੀ ਗੰਗਾ ਦੇ ਵਿੱਚ ਹੱਥ ਧੋਣਾ ਵਿਧਾਇਕ ਗਿੱਲ ਸਾਹਿਬ ਦਾ ਕਈ ਸਾਲਾਂ ਤੋਂ ਲੱਖਾਂ ਰੁਪਏ ਦਾ ਬਿਜਲੀ ਦਾ ਬਕਾਇਆ ਖੜਾ ਸੀ ਉਂਝ ਵੀ ਪੰਜਾਬ ਸਰਕਾਰ ਦੀ ਬਿਜਲੀ ਬਿੱਲਾਂ ਦੀ ਮਾਫੀ ਦਾ ਲਾਹਾ ਲੈਣ ਵਿੱਚ ਹਲਕਾ ਪੱਟੀ ਨੇ ਹਮੇਸ਼ਾ ਬਾਦਾਮ ਖਾਦੇ ਨੇ ਤੇ ਉਤੋਂ ਬਿਜਲੀ ਚੋਰੀ ਚ ਵੀ ਸਬ ਡਿਵੀਜ਼ਨ ਪੱਟੀ ਪਹਿਲੇ ਨੰਬਰ ਉੱਤੇ ਹੀ ਰਹਿੰਦਾ ਹੈ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਦੇ ਸ਼ਕਤੀਪੀਠ ਦੇਵੀ ਤਲਾਬ ਮੰਦਿਰ ਦੇ ਵਿੱਚ ਮੱਥਾ ਟੇਕਿਆ ਤੇ ਸੂਬੇ ਲਈ ਹੋਰ ਵੀ ਜੋਸ਼ ਤੇ ਲਗਨ ਨਾਲ ਸੇਵਾ ਕਰਨ ਦਾ ਅਸ਼ੀਰਵਾਦ ਲਿਆ ਇਸ ਮੌਕੇ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ੀਤਲ ਵੇਜ ਨੇ ਮਾਤਾ ਰਾਣੀ ਦੀ ਚੁੰਨੀ ਦੇ ਕੇ ਸਨਮਾਨਿਤ ਕੀਤਾ ਤੇ ਮੁੱਖ ਮੰਤਰੀ ਨੇ ਮੰਦਰ ਵਿੱਚ ਲੰਗਰ ਤੇ ਲੱਗੇ GST ਨੂੰ ਵੀ ਮਾਫ ਕਰਨ ਦਾ ਐਲਾਨ ਕੀਤਾ। ਸ਼੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਪੁਲਿਸ ਦੇ ਡੀਜੀਪੀ ਤੋਂ ਲੈ ਕੇ ਸਪਾਹੀ ਦੇ ਉਹਦੇ ਤੱਕ ਦੇ ਸਾਰੇ ਕਰਮਚਾਰੀਆਂ ਅਧਿਕਾਰੀਆਂ ਨੂੰ ਮੈਡਲ ਤਕਸੀਮ ਕੀਤੇ ਜਾਣਗੇ ਜੋ ਪੁਲਿਸ ਮੁਲਾਜ਼ਮ ਆਪਣੀ ਵਰਦੀ ਦੇ ਉੱਤੇ ਲਾ ਕੇ ਰੱਖਣਗੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਹੀਦ ਸਪਾਹੀਆਂ ਮਨਜੀਤ ਸਿੰਘ ਜਿਨ੍ਹਾਂ ਨੇ ਨੋਸ਼ਹਿਰਾ ਸੈਕਟਰ ਵਿੱਚ ਦੇਸ਼ ਦੀ ਸੇਵਾ ਕਰਦੇ ਆਪਣੀ ਜਾਨ ਕੁਰਬਾਨ ਕੀਤੀ ਹੈ ਉਹਨਾਂ ਦੇ ਪਰਿਵਾਰ ਨੂੰ 50 ਲੱਖ ਰੁਪਏ ਐਕਸ ਗਰੇਸ਼ੀਆ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ 17 ਸਿੱਖ ਰੈਜੀਮੈਂਟ ਨਾਲ ਸਬੰਧਤ ਸਪਾਹੀ ਮਨਜੀਤ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖੇੜਾ ਕੋਟਲੀ ਤਹਿਸੀਲ ਦਸੂਹਾ ਦਾ ਰਹਿਣ ਵਾਲਾ ਸੀ ਹਾਲੇ ਵਿਆਹ ਵੀ ਨਹੀਂ ਹੋਇਆ ਸੀ ਆਪਣੇ ਪਿੱਛੇ ਮਾਤਾ ਪਿਤਾ ਚਾਰ ਪੈਣਾ ਤੇ ਇੱਕ ਭਰਾ ਨੂੰ ਛੱਡ ਗਿਆ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਠਿੰਡਾ ਦੇ ਬਾਸ ਸਟੈਂਡ ਦਾ ਅਚਾਨਕ ਦੌਰਾ ਕਰਕੇ ਅਫਸਰਾਂ ਨੂੰ ਬੇਨਿਯਮੀਆਂ ਕਰਨ ਵਾਲੇ ਟ੍ਰਾਂਸਪੋਰਟਰਾਂ ਦੇ ਖਿਲਾਫ ਕਾਰਵਾਈ ਜਾਰੀ ਰੱਖਣ ਦੀ ਨਸੀਹਤ ਦਿੱਤੀ ਟ੍ਰਾਂਸਪੋਰਟ ਮੰਤਰੀ ਦੇ ਹੁਕਮਾ ਤਹਿਤ ਜਾਂਚ ਤੋਂ ਬਾਅਦ ਆਰਟੀਏ ਬਠਿੰਡਾ ਨੇ ਤਿੰਨ ਬਸਾਂ ਦੇ ਚਲਾਨ ਕੀਤੇ ਜਿਨ੍ਹਾਂ ਵਿੱਚੋਂ ਦੋ ਬਾਦਲ ਪਰਿਵਾਰ ਦੀਆਂ ਆਰਬਿਟ ਬਸਾਂ ਨੇ ਜਦਕਿ ਤੀਜੀ ਬਸ ਮਾਲਵਾ ਬੱਸ ਕੰਪਨੀ ਦੀ ਹੈ ਬਾਕੀ ਕੇਜਰੀਵਾਲ ਪਾਸ਼ਨ ਦਿੰਦੇ ਨਹੀਂ ਉਹਨਾਂ ਲੋਕਾਂ ਦੀਆਂ ਬਸਾਂ 에어ਪੋਰਟ ਤੱਕ ਜਾਂਦੀ ਹੈ ਲੇਕਿਨ ਸਰਕਾਰ ਦੀ ਬਸ ਏਅਰਪੋਰਟ ਤੱਕ ਨਹੀਂ ਜਾਂਦੀ ਰਾਜਸਥਾਨ ਨੂੰ ਬੱਸ ਆਉਂਦੀ ਹੈ ਸਾਨੂੰ ਬੜੀ ਖੁਸ਼ੀ ਹੈ ਕਿ ਰਾਜਸਥਾਨ ਸਰਕਾਰ ਦੀ ਬੱਸ ਰਾਜਸਥਾਨ ਸਰਕਾਰ ਮਤਲਬ ਲੋਕਾਂ ਦੀ ਬੱਸ ਹੈ ਇਹ ਪੀਆਰਟੀਸੀ ਆਮ ਲੋਕਾਂ ਦੀ ਜਨਤਾ ਦੀ ਬੱਸ ਹੈ ਇਹ ਜਿਹੜੀ ਜਨਤਾ ਦੀ ਗੱਲ ਕਰਦੇ ਆ ਅਗਰ ਮੈਂ ਦਿੱਲੀ ਦਾ ਮੁੱਖ ਮੰਤਰੀ ਹੋਵਾਂ ਤਾਂ ਮੈਂ ਬਿਨਾ ਪਰਮਿਟ ਤੋਂ ਸਰਕਾਰ ਦੀ ਬੱਸ ਵੀ ਚਲਾ ਸਕਦਾ ਹਾਂ ਕਿਹੜੇ ਨਾਮ ਦੀ ਗੱਲ ਕਰਦੇ ਆ ਸਰਕਾਰ ਦੀ ਚਲਰੀ ਹੈ ਨਾ ਕਿਹੜਾ ਰਾਜੀ ਬਣਦੀ ਚੱਲ ਰਹੀ ਹੈ ਸੋ ਜਿਹੋ ਪੰਜਾਬ ਨੂੰ ਪਿਆਰ ਕਰਦੇ ਮੈਨੂੰ 20 ਦਿਨ ਹੋ ਗਏ ਚਿੱਠੀ ਲਿਖੀ ਨੂੰ ਲੇਕਿਨ ਚਿੱਠੀ ਦਾ ਕੋਈ ਜਵਾਬ ਨਹੀਂ ਹੈ ਮੈਂ ਕੇਂਦਰੀ ਮੰਤਰੀ ਨੂੰ ਚਿੱਠੀ ਲਿਖੀ ਸ਼੍ਰਮਣੀ ਕਾਲੀਦਾਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਸ਼ਨੀਚਰਵਾਰ ਨੂੰ ਸਾਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਹੌਕੀ ਸਟੇਡੀਅਮ ਵਿੱਚ ਖੇਡੇ ਗਏ ਹੌਕੀ ਮੈਚ ਵਿੱਚ ਗੋਲ ਕੀਪਰ ਬਣ ਕੇ ਚੰਗਾ ਤੰਚ ਕਸਿਆ ਮਜੀਠੀਆ ਨੇ ਟਵੀਟ ਕਰਕੇ ਕਿਹਾ ਕਿ ਚੰਨੀ ਸਾਹਿਬ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਗੋਲ ਰੋਕਣ ਦੀ ਪ੍ਰੈਕਟਿਸ ਕਰ ਰਹੇ ਨੇ ਮਜੀਠੀਆ ਨੇ ਵਿਅੰਗ ਕਰਦਿਆਂ ਕਿਹਾ ਤੇ ਚੰਨੀ ਸਾਹਿਬ ਆਇਆ ਨਜ਼ਾਰਾ ਸਟੇਡੀਅਮ ਬਾਦਲ ਸਾਹਿਬ ਨੇ ਬਣਾਇਆ ਜੰਮੂ ਕਸ਼ਮੀਰ ਦੇ ਨੌ ਸ਼ਹਿਰਾ ਸੁੰਦਰਬਣੀ ਸੈਕਟਰ ਦੇ ਵਿੱਚ ਐਲੋਸੀ ਦੇ ਨੇੜੇ ਹੋ ਕੇ ਤਿੰਨ ਹੋਰ ਜ਼ਖਮੀ ਹੋ ਗਏ ਐਲੋਸੀ ਦੇ ਕੋਲ ਲੱਗੀ ਲੈਂਡਮਾਈਨ ਉੱਤੇ ਗਸ਼ਤਦਾਰਾਂ ਜਦੋਂ ਜਵਾਨ ਜਾ ਰਹੇ ਸੀ ਤਾਂ ਕਦਮ ਰੱਖਣ ਨਾਲ ਧਮਾਕਾ ਹੋ ਗਿਆ ਇਸ ਦਰਾਂ ਨਿਕ ਅਕਸਰਤੇ ਇੱਕ ਜਵਾਨ ਸ਼ਹੀਦ ਹੋ ਗਏ ਜਾਣਕਾਰੀ ਮਿਲਦਿਆਂ ਹੀ ਹੋਰ ਜਵਾਨ ਮੌਕੇ ਤੇ ਪਹੁੰਚ ਗਏ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜ਼ਖਮੀ ਜਵਾਨਾਂ ਦੇ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਫਿਰੋਜ਼ਪੁਰ ਦੇ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਸ਼੍ਰੀਚਰਵਾਰ ਦੀ ਰਾਤ ਨੂੰ ਕਰੀਬ 9 ਵਜੇ ਆਰਿਫ ਰੋਡ ਉੱਤੇ ਇੱਕ ਕਾਰ ਟਰਾਲੀ ਹੇਠਾਂ ਜਾਵੜੀ ਤੇ ਕਾਰ 'ਚ ਬੈਠੇ ਤਿੰਨੇ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮਾਣਾ ਗੁਰਜੰਟ ਤੇ ਟਿੱਡੂ ਸ਼ਰਮਾ ਵਜੋਂ ਹੋਈ ਹੈ ਤਿੰਨੇ ਜਣੇ ਫਿਰੋਜ਼ਪੁਰ ਤੋਂ ਮੱਲਾਂਵਾਲਾ ਨੂੰ ਜਾ ਰਹੇ ਸੀ ਤਾਂ ਰਾਹ ਵਿੱਚ ਪਿੰਡ ਭੇੜੀਆਂ ਦੇ ਕੋਲ ਉਹਨਾਂ ਦੀ ਕਾਰ ਟਰਾਲੇ ਹੇਠਾਂ ਜਾਵੜੀ ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਢਿਲਵਾ ਤੋਂ ਇੱਕ ਚੰਗੀ ਖਬਰ ਹੈ ਜਿੱਥੋਂ ਦੇ ਨੌਜਵਾਨਾਂ ਵਿਕਰਮਜੀਤ ਸਿੰਘ ਤੇ ਸਰਬਜੀਤ ਸਿੰਘ ਨੇ ਕਿਸੇ ਪਿੰਡ ਦੀ ਲੜਕੀ ਦਾ ਗੁੰਮ ਹੋਇਆ 6 ਟੋਲੇ ਸੋਨਾ ਚਾਂਦੀ ਦੇ ਗਹਿਣੇ ਨਕਦੀ ਤੇ ਮੋਬਾਈਲ ਫੋਨ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਨੂੰ ਕਾਇਮ ਰੱਖਿਆ ਇਨਾ ਗਹਿਣਿਆਂ ਦੀ ਕੀਮਤ ਲੱਖਾਂ ਰੁਪਏ ਬਣਦੀ ਹੈ ਤੇ ਨੌਜਵਾਨਾਂ ਵੱਲੋਂ ਕੀਤੇ ਉਪਰਾਲੇ ਦੀ ਪਿੰਡ ਵਾਸੀ ਖੂਬ ਪ੍ਰਸ਼ੰਸਾ ਕਰ ਰਹੇ ਨੇ ਨੌਜਵਾਨ ਵਿਕਰਮਜੀਤ ਸਿੰਘ ਤੇ ਸਰਬਜੀਤ ਸਿੰਘ ਪਿੰਡ ਚੌਕੇ ਵਿੱਚ ਕਿਸੇ ਕਮਲੀ ਮੋਟਰਸਾਈਕਲ ਤੇ ਜਾ ਰਹੇ ਸੀ ਤਾਂ ਰਾਹ ਵਿੱਚ ਪਿੰਡ ਰੜ ਦੇ ਲਾਗੇ ਉਹਨਾਂ ਨੂੰ ਗੁੰਮ ਹੋਇਆ ਇੱਕ ਬੈਗ ਮਿਲਿਆ ਜਿਹਦੇ ਵਿੱਚ ਇਹ ਸਾਰਾ ਸਮਾਨ ਸੀ ਲੜਕੀ ਦੇ ਪਰਿਵਾਰ ਨੇ ਵੀ ਵਿਕਰਮਜੀਤ ਸਿੰਘ ਤੇ ਸਰਬਜੀਤ ਸਿੰਘ ਨੌਜਵਾਨਾਂ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਹੀ ਇਮਾਨਦਾਰੀ ਦਿਖਾਉਣ ਲਈ ਖੂਬ ਪ੍ਰਸ਼ੰਸਾ ਵੀ ਕੀਤੀ ਅਤੇ ਪੰਚਾਇਤ ਤੇ ਪੁਲਿਸ ਦੀ ਹਾਜ਼ਰੀ ਵਿੱਚ ਇਨ੍ਹਾਂ ਨੌਜਵਾਨਾਂ ਦਾ ਨਕਦ ਰਾਸ਼ੀ ਦੇ ਨਾਲ ਸਨਮਾਨ ਵੀ ਕੀਤਾ ਗਿਆ ਇਸ ਮਾਨ ਪਿੰਡ ਰੂੜੇ ਕੇ ਕਲਾਂ ਦੇ ਪਰਿਵਾਰ ਦਾ ਸੀ ਪੰਚਾਇਤ ਯੂਨੀਅਨ ਮਾਨਸਾ ਦੇ ਸਰਪ੍ਰਸਤ ਪ੍ਰਧਾਨ ਸਰਪੰਚ ਜਗਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਪਿੰਡ ਦੇ ਹਰ ਨੌਜਵਾਨ ਲੜਕੇ ਲੜਕੀ ਨੂੰ ਅਜਹੀ ਮਿਸਾਲ ਪੈਦਾ ਕਰਨ ਉਤੇ ਪ੍ਰੋਗਰਾਮ ਸਮੇਂ ਵਿਸ਼ੇਸ਼ ਸਨਮਾਨਿਤ ਕੀਤਾ ਜਾਏਗਾ ਐਤਵਾਰ ਨੂੰ ਪੈਟਰੋਲ ਤੇ ਡੀਜ਼ਲ ਦੇ ਭਾਅ ਵਿੱਚ ਫੇਰ 35-35 ਪੈਸੇ ਪ੍ਰਤੀ ਲੀਟਰ ਦਾ ਵਾਅਦਾ ਕੀਤਾ ਗਿਆ ਤੇ ਦੇਸ਼ ਭਰ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੇ ਭਾਅ ਹੁਣ ਨਵੇਂ ਸਿਖਰ ਤੇ ਪਹੁੰਚ ਗਏ ਨੇ ਮਾਧ ਪ੍ਰਦੇਸ਼ ਵਿੱਚ ਪੈਟਰੋਲ ਦਾ ਭਾਅ 120 ਰੁਪਏ ਪ੍ਰਤੀ ਲੀਟਰ ਨੂੰ ਵੀ ਪਾਰ ਕਰ ਗਿਆ ਦਿੱਲੀ ਵਿੱਚ ਪੈਟਰੋਲ 109.34 ਪੈਸੇ ਪ੍ਰਤੀ ਲੀਟਰ ਹੋ ਗਿਆ ਹੈ ਮੁੰਬਈ ਦੇ ਵਿੱਚ ਵੀ 115 ਰੁਪਏ 15 ਪੈਸੇ ਪ੍ਰਤੀ ਲੀਟਰ ਹੈ ਚੰਡੀਗੜ੍ਹ ਸਮੇਤ ਪੂਰੇ ਪੰਜਾਬ ਦੇ ਵਿੱਚ ਵੀ ਪੈਟਰੋਲ 100 ਰੁਪਏ ਦਾ ਅੰਕੜਾ ਪਾਰ ਕਰ ਚੁੱਕਿਆ ਮੱਧ ਪ੍ਰਦੇਸ਼ ਦੇ ਨਾਲ-ਨਾਲ ਰਾਜਸਥਾਨ ਦੇ ਗੰਗਾ ਨਗਰ ਦੇ ਵਿੱਚ ਵੀ ਪੈਟਰੋਲ ਛਾਲਾ ਮਾਰ ਕੇ ਅੱਗੇ ਵਧ ਰਿਹਾ ਹੈ ਤੇ ਪਰਸੋ ਪੰਜਾਬ ਦੇ ਸਾਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਵਿੱਚ ਤਾਂ ਡੀਜ਼ਲ ਦਾ ਭਾਅ ਵੀ ਸੈਂਕੜਾ ਪਾਰ ਕਰ ਗਿਆ ਐਨਆਈਏ ਨੇ ਜੰਮੂ ਅਤੇ ਕਸ਼ਮੀਰ ਦੇ ਵਿੱਚ ਕੱਟੜ ਪੰਥੀਆਂ ਦੀ ਸਾਜ਼ਿਸ਼ ਰਚਣ ਦੇ ਮਾਮਲਿਆਂ ਦੇ ਵਿੱਚ ਦੋ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਨਿਊਜ਼ ਏਜੰਸੀ ਪੀਟੀਆਈ ਨੇ ਦੱਸਿਆ ਕਿ ਇਹ ਗ੍ਰਿਫਤਾਰੀਆਂ ਲੰਘੇ ਕੁਝ ਦਿਨਾਂ ਤੋਂ ਚੱਲ ਰਹੀ ਜਾਂਚ ਦਾ ਹੀ ਹਿੱਸਾ ਨੇ ਵਾਦੀ ਦੇ ਵਿੱਚ ਕੱਟੜ ਪੰਥੀ ਕਟਨਾਵਾ ਦੀ ਸਾਜ਼ਿਸ਼ ਰਚਣ ਦੇ ਖਾਦਸ਼ੇ ਦੇ ਤਹਿਤ ਲੰਘੇ ਤਿੰਨ ਹਫ਼ਤਿਆਂ ਦੇ ਵਿੱਚ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ 'ਚੋਂ 25 ਲੋਕਾਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਉੱਤਰਾਖੰਡ ਤੋਂ ਵੱਡੇ ਹਾਦਸੇ ਦੀ ਖਬਰ ਹੈ ਜਿੱਥੇ ਦੇਰਾਦੂੰ ਜ਼ਿਲ੍ਹੇ ਦੇ ਚੱਕਰਾਤਾ ਇਲਾਕੇ ਦੇ ਵਿੱਚ ਬੁਲਹਾੜ ਬਾਇਲਾ ਰੋਡ ਤੇ ਬੱਸ ਖੱਡ ਵਿੱਚ ਡਿੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ, ਦੋ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਹਾਦਸੇ ਬਾਰੇ ਹੋਰ ਵੇਰਵੇ ਇਕੱਠੇ ਕਰਨੇ ਸ਼ੁਰੂ ਕੀਤੇ ਨੇ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਕਰਨ ਤੇ ਜ਼ ਯੰਦਾ ਤੁਰੰਤ ਇਲਾਜ ਕਰਨ ਦੇ ਹੁਕਮ ਦਿੱਤੇ ਨੇ ਨਾਲ ਹੀ ਸੀਐਮ ਨੇ ਓਵਰਲੋਡਿੰਗ ਨਾ ਕਰਨ ਦੀ ਅਪੀਲ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮੀ ਇਕਤਾ ਦਿਵਸ ਤੇ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਭਾਰਤ ਅੱਜ ਉਹਨਾਂ ਦੀ ਬਦੌਲਤ ਹਰ ਤਰ੍ਹਾਂ ਦੀਆਂ ਬਾਹਰੀ ਤੇ ਅੰਦਰੂਨੀ ਚੁਣੌਤੀਆਂ ਦੇ ਨਾਲ ਨਜਿੱਠਣ ਦੇ ਲਈ ਪੂਰੀ ਤਰ੍ਹਾਂ ਸਮਰੱਥ ਹੈ ਉਹਨਾਂ ਸਰਦਾਰ ਪਟੇਲ ਦੀ ਜਨਮ ਦਿਤੀ ਤੇ ਵੀਡੀਓ ਸੰਦੇਸ਼ ਵੀ ਜਾਰੀ ਕੀਤਾ ਉਹਨਾਂ ਤੋਂ ਇਲਾਵਾ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਹੋਰ ਲੀਡਰਾਂ ਨੇ ਵੀ ਸਰਦਾਰ ਪਟੇਲ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਵਿਦੇਸ਼ ਦੌਰੇ ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੈਟਕਨ ਸਿਟੀ ਦੇ ਵਿੱਚ ਪੋਪ ਫਰਾਂਸਿਸ ਦੇ ਨਾਲ ਮੁਲਾਕਾਤ ਕੀਤੀ ਸੀ ਅਤੇ ਭਾਰਤ ਆਉਣ ਦਾ ਸੱਦਾ ਦਿੱਤਾ ਸੀ ਤੇ ਤਾਜ਼ਾ ਖਬਰ ਇਹ ਹੈ ਕਿ ਪੋਪ ਨੇ ਭਾਰਤ ਆਉਣ ਦਾ ਸੱਦਾ ਕਬੂਲ ਕਰ ਲਿਆ ਹੈ ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਦੱਸਿਆ ਹੈ ਕਿ ਪੋਪ ਫਰਾਂਸਿਸ ਨੇ ਇਸ ਸੱਦੇ ਨੂੰ ਸਭ ਤੋਂ ਵਧੀਆ ਤੋਹਫ਼ਾ ਦੱਸਿਆ ਹੈ ਪ੍ਰਧਾਨ ਮੰਤਰੀ ਮੋਦੀ 3 ਨਵੰਬਰ ਨੂੰ ਕੋਵਿਡ-19 ਵਿਰੋਧੀ ਟੀਕਾਕਰਨ ਮੁਹਿੰਮ ਦੇ ਵਿੱਚ ਪਿੱਛੇ ਰਹਿ ਰਹੇ ਵੱਖ-ਵੱਖ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟਰੇਟਾਂ ਦੇ ਨਾਲ ਸਮੀਖਿਆ ਬੈਠਕ ਕਰਨਗੇ ਪ੍ਰਧਾਨ ਮੰਤਰੀ ਸਖਤਰੇਦ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਵਿੱਚ ਸੂਬਿਆਂ ਦੇ ਮੁੱਖ ਮੰਤਰੀ ਵੀ ਸ਼ਾਮਿਲ ਹੋਣਗੇ ਇਸ ਮੀਟਿੰਗ ਦੇ ਵਿੱਚ ਉਹਨਾਂ ਜ਼ਿਲ੍ਹਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਿੱਥੇ ਵੈਕਸੀਨ ਦੀ ਪਹਿਲੀ ਡੋਜ਼ ਦੇਣ ਦੀ ਦਰ 50% ਤੋਂ ਵੀ ਘੱਟ ਹੈ ਅਤੇ ਦੂਸਰੀ ਖੁਰਾਕ ਦੇਣ ਦੀ ਦਰ ਤਾਂ ਬਹੁਤ ਹੀ ਘੱਟ ਹੈ ਸੂਪਰਡਾਨ ਮੰਤਰੀ ਝਾਰਖੰਡ ਮਨੀਪੁਰ ਨਾਗਾਲੈਂਡ ਅਰਨਾਚਲ ਪ੍ਰਦੇਸ਼ ਮਹਾਰਾਸ਼ਟਰ ਮੀਘਾਲਿਆ ਤੇ ਘੱਟ ਟੀਕਾ ਕਰਨ ਦਰਾਂ ਵਾਲੇ ਕੁਝ ਹੋਰ ਸੂਬਿਆਂ ਦੇ 40 ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨਗੇ यूपी ਤੋਂ ਇੱਕ ਵੱਖਰੀ ਖਬਰ ਤੁਹਾਨੂੰ ਦੱਸ ਦਿੰਨੇ ਹਾਂ ਜਿੱਥੇ ਇੱਕ ਪਤੀ ਨੇ ਆਪਣੀ ਪਤਨੀ ਦਾ ਵਿਆਹ ਉਸਦੇ ਪ੍ਰੇਮੀ ਨਾਲ ਖੁਦ ਕਰਵਾਇਆ ਹੈ। ਕਾਨਪੁਰ ਦੇ ਇਸ ਨੌਜਵਾਨ ਦਾ ਵਿਆਹ 5 ਮਹੀਨੇ ਪਹਿਲਾਂ ਹੀ ਹੋਇਆ ਸੀ। ਪੰਕਜ ਸ਼ਰਮਾ ਜੋ ਗੁਰੂਗ੍ਰਾਮ ਦੇ ਵਿੱਚ ਪ੍ਰਾਈਵੇਟ ਫਰਮ ਦੇ ਵਿੱਚ ਲੇਖਾਕਾਰ ਹੈ, ਇਸਨੇ ਇਸੇ ਸਾਲ ਮਈ ਦੇ ਵਿੱਚ ਕੋਮਲ ਦੇ ਨਾਲ ਵਿਆਹ ਕੀਤਾ ਸੀ। ਪੰਕਜ ਨੇ ਦੱਸਿਆ ਕਿ ਉਸਦੀ ਪਤਨੀ ਕੋਮਲ ਵਿਆਹ ਤੋਂ ਬਾਅਦ ਦੂਰ ਦੂਰ ਰਹਿੰਦੀ ਸੀ। ਕਈ ਵਾਰੀ ਗੱਲ ਕੀਤੀ, ਇੱਕ ਦਿਨ ਉਸਨੇ ਦੱਸਿਆ ਕਿ ਉਹ ਆਪਣੇ ਪ੍ਰੇਮੀ ਪਿੰਟੂ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਪੰਕਜ ਨੇ ਇਹ ਗੱਲ ਆਪਣੇ ਸਹੁਰਿਆਂ ਨਾਲ ਸਾਂਝੀ ਕੀਤੀ ਤਾਂ ਆਪਣੀ ਧੀ ਨੂੰ ਪੁਰਾਣੀਆ ਲਾਂ ਭੁੱਲਣ ਲਈ ਜ਼ੋਰ ਪਾਉਣ ਲੱਗੇ ਪਰ ਕੋਮਲ ਆਪਣੀ ਗੱਲ ਤੇ ਅੜੀ ਰਹੀ ਫਿਰ ਮਾਮਲਾ ਘਰੇਲੂ ਹਿੰਸਾ ਵਿਰੋਧੀ ਸੈਲਾ ਤੇ ਆਸ਼ਾ ਜੋਤੀ ਕੇਂਦਰ ਤੱਕ ਪਹੁੰਚਿਆ ਜਿੱਥੇ ਔਰਤ ਉਸਤੇ ਪਤੀ ਪ੍ਰੇਮੀ ਤੇ ਉਸਦੇ ਰਿਸ਼ਤੇਦਾਰਾਂ ਦੇ ਵਿਚਕਾਰ ਬੈਠਕ ਹੋਈ ਤੇ ਕੋਮਲ ਦੇ ਪੱਕੇ ਇਰਾਦੇ ਨੂੰ ਦੇਖ ਕੇ ਪੰਕਜ ਨੇ ਆਪਣੀ ਪਤਨੀ ਦਾ ਵਿਆਹ ਉਸਦੇ ਪ੍ਰੇਮੀ ਪਿੰਟੂ ਨਾਲ ਕਰਵਾਉਣ ਦੇ ਲਈ ਹਾਮੀ ਭਰ ਦਿੱਤੀ ਤੇ ਲੰਘੇ ਦਿਨ ਆਪਣੀ ਪਤਨੀ ਦਾ ਵਿਆਹ ਪੰਕਜ ਨੇ ਪਿੰਟੂ ਨਾਲ ਕਰਵਾਇਆ ਹੈ ਵਿਆਹ ਦੇ ਵਿੱਚ ਦੋਵਾਂ ਪਾਸਿਆਂ ਦੇ ਰਿਸ਼ਤੇਦਾਰਾਂ ਤੇ ਮਹਿਮਾਨਾਂ ਨੇ ਸ਼ਿਰਕਤ ਕੀਤੀ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਖਬਰ ਹੈ ਤਾਲਿਬਾਨੀਆਂ ਦੇ ਰਾਜ ਦੇ ਵਿੱਚ ਗੋਲੀਬਾਰੀ ਦੀ ਹੀ ਖਬਰ ਹੈ ਜਿੱਥੇ ਤਾਲਿਬਾਨ ਦੇ ਕਬਜ਼ਾ ਕਰਨ ਤੋਂ ਬਾਅਦ ਹਾਲਾਤ ਠੀਕ ਨਹੀਂ ਹੋ پا ਰਹੇ ਨੰਗਰਹਾਰ ਸੂਬੇ ਦੇ ਸਰਾ ਰੋਡ ਜ਼ਿਲ੍ਹੇ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਵਿੱਚ ਡੀਜੇ ਨੂੰ ਬੰਦ ਕਰਵਾਉਣ ਦੇ ਲਈ ਤਾਲਿਬਾਨੀਆਂ ਨੇ ਗੋਲੀਆਂ ਚਲਾਈਆਂ ਜਿਸ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਇਸ ਵਿੱਚ 10 ਜਣੇ ਜ਼ਖਮੀ ਵੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਇਹ ਵੀ ਜਾਣਕਾਰੀ ਮਿਲੀ ਕਿ ਸੰਗੀਤ ਬੰਦ ਕਰਵਾਉਣ ਆਏ ਤਾਲਿਬਾਨੀਆਂ ਦੇ ਨਾਲ ਬਰਾਤੀਆਂ ਦੀ ਬਹਿਸ ਵੀ ਹੋਈ ਜਿਸ ਤੋਂ ਬਾਅਦ ਤਾਲਿਬਾਨੀਆਂ ਨੇ ਗੋਲੀਆਂ ਚਲਾਈਆਂ ਪੀੜਤ ਪਰਿਵਾਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਤਾਲਿਬਾਨੀ ਲੜਾਕਿਆਂ ਨੇ ਸੰਗੀਤ ਚਲਾਉਣ ਤੋਂ ਬਾਅਦ ਗੋਲੀਆਂ ਚਲਾਈਆਂ ਤਾਲਿਬਾਨ ਦੇ ਬੁਲਾਰੇ ਨੇ ਕਿਹਾ ਕਿ ਜੇਕਰ ਕੋਈ ਵੀ ਤਾਲਿਬਾਨੀ ਲੜਾਕਾ ਕਿਸੇ ਨੂੰ ਵੀ ਮਾਰਦਾ ਤਾਂ ਇਹ ਜੁਰਮ ਹੈ ਤੇ ਉਸ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਮੰਨੀ ਸੋ 96 ਤੋਂ 2001 ਦੇ ਵਿੱਚ ਜਦੋਂ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੇ ਸੱਤਾ ਆਈ ਸੀ ਪਹਿਲੀ ਵਾਰੀ ਉਦੋਂ ਵੀ ਦੇਸ਼ ਦੇ ਵਿੱਚ ਸੰਗੀਤ ਤੇ ਪਾਬੰਦੀ ਲਾ ਦਿੱਤੀ ਗਈ ਸੀ ਹਾਲਾਂਕਿ ਸਰਕਾਰ ਲਗਾਤਾਰ ਇਹ ਕਹਿ ਰਹੀ ਹੈ ਤਾਲਿਬਾਨ ਦੀ ਕਿ ਅਜਿਹਾ ਕੁਝ ਨਹੀਂ ਹੋਵੇਗਾ ਪਰ ਘਟਨਾਵਾਂ ਅਜਿਹੀਆਂ ਹੀ ਸਾਹਮਣੇ ਆ ਰਹੀਆਂ ਨੇ ਤਾਲਿਬਾਨ ਦੇ ਲੜਾਕੇ ਨੇ ਜਿਹੜੇ ਉਹ ਇਹਨਾਂ ਚੀਜ਼ਾਂ ਤੇ ਆਪਣੇ ਤਰੀਕੇ ਦੇ ਨਾਲ ਹੀ ਪਾਬੰਦੀ ਲਾ ਰਹੇ ਨੇ ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ